ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਤੇ ਹੋਸ਼ ਉਪਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਕਿੰਗ ਐਂਟਰਟੇਨਮੈਂਟ ਟੈਲੀਵਿਜ਼ਨ, ਜਿੱਥੇ ਤੁਹਾਨੂੰ ਮਿਲਣ ਵਾਲੀਆਂ ਨੇ ਬੋਲੀਵੁੱਡ ਅਤੇ ਬੋਲੀਵੁੱਡ ਨਾਲ ਜੁੜੀਆਂ ਹਰੇਕ ਲੇਟੈਸਟ ਅਪਡੇਟ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਸੋ ਵੱਧਦੀ ਹੈ ਅੱਜ ਦੀ ਮੇਜਰ ਅਪਡੇਟ ਵੱਲ। ਇਹ ਅਪਡੇਟ ਦਿੱਤੀ ਗਈ ਹੈ ਸਿੰਗਰ ਰੋਹਨਪ੍ਰੀਤ ਸਿੰਘ ਵੱਲੋਂ, ਜਿਨ੍ਹਾਂ ਨੇ ਆਪਣਾ ਨਵਾਂ ਸੌਂਗ ਅਨਾਊਂਸ ਕਰ ਦਿੱਤਾ, ਜਿਸ ਦਾ ਟਾਈਟਲ ਹੈ ਲਾ ਲਾ ਲਾ। ਅਤੇ ਜੇ ਸੌਂਗ ਕ੍ਰੈਡਿਟਸ ਦੀ ਗੱਲ ਕਰੀਏ, ਇਸ ਨੂੰ ਗਾਇਆ ਗਿਆ ਹੈ ਰੋਹਨਪ੍ਰੀਤ ਸਿੰਘ ਅਤੇ ਨੇਹਾ ਕੱਕੜ ਵੱਲੋਂ। ਮਿਊਜ਼ਿਕ ਕੰਪੋਜ਼ ਅਤੇ ਲਿਰਿਕਸ ਹਨ ਰੋਹਨਪ੍ਰੀਤ ਸਿੰਘ ਦੇ, ਅਤੇ ਮਿਊਜ਼ਿਕ ਪ੍ਰੋਡਕਸ਼ਨ ਕੀਤੀ ਗਈ ਹੈ ਰਜਤ ਨਾਗਪਾਲ ਵੱਲੋਂ। ਇਸ ਨੂੰ ਡਾਇਰੈਕਟ ਕੀਤਾ ਗਿਆ ਹੈ ਕਿਉਨੀ ਮਾਰਸੀਲੋ ਵੱਲੋਂ, ਅਤੇ ਇਹ ਸੌਂਗ 8 ਮਈ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਓਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਸੋ ਕਿਵੇਂ ਲੱਗੀ ਤੁਹਾਨੂੰ ਸਾਡੀ ਅਪਡੇਟ, ਸਾਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ। ਅਤੇ ਜੇ ਤੁਸੀਂ ਵੀ ਉਹ ਸਿੰਗਰ, ਰਾਈਟਰ, ਐਕਟਰ ਜਾਂ ਫਿਲਮ ਇੰਡਸਟਰੀ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹੋ, ਅਤੇ ਤੁਸੀਂ ਵੀ ਆਪਣੀ ਇੰਟਰਵਿਊ ਕਿੰਗ ਐਂਟਰਟੇਨਮੈਂਟ ਵੀ ਤੋਂ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਡਿਸਕ੍ਰਿਪਸ਼ਨ ਦਿੱਤੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਅਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ 'ਤੇ ਕੋਈ ਵੀ ਅਪਡੇਟ ਮਿਸ ਨਾ ਹੋ ਜਾਵੇ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।